ਲਓ ਵੀ ਮਿੱਤਰੋ ਨਿਕਲ ਗਏ ਹਾਂ ਅੰਮ੍ਰਿਤਸਰ ਤੋਂ। ਸਭ ਤੋਂ ਪਹਿਲਾਂ ਚੱਲੇ ਇੱਥੇ ਡਾਬਰਮੈਨ ਫੀਮੇਲ ਸੂਈ ਸੀ ਆਪਣੀ, ਉਹ ਡਾਬਰਮੈਨ ਵੀ ਬੱਚਾ ਇੱਕ ਅੱਧੇ ਦਿਨ 'ਚ ਦੇਣ ਵਾਲਾ। ਪਹਿਲਾਂ ਕਮੈਂਟ ਕਰਕੇ ਦੱਸਿਓ ਪੱਗ ਕਿਵੇਂ ਲੱਗੀ, ਆਹ ਸਕੂਲ ਟਾਈਮ ਤੋਂ ਬਾਅਦ ਬਹੁਤ ਚਿਰ ਬਾਅਦ ਇਸ ਤਰ੍ਹਾਂ ਮਤਲਬ ਵਧੀਆ ਪੱਗ ਵੱਜੀ ਆ, ਅਤੇ ਵੇਖੋ ਪ੍ਰੋਪਰ ਪੱਲੇ ਆਉਂਦੇ ਹੈ ਨਾ, 50 ਵੀ ਪ੍ਰੋਪਰ ਆ, ਪੱਗ ਪਿੰਨ ਮੋਰਨੀ ਹੈ ਨਾ ਪ੍ਰੋਪਰ। ਅਤੇ ਬਾਕੀ ਪਹਿਲਾਂ ਡਾਬਰਮੈਨਾਂ ਦੀਆਂ ਫੋਟੋਆਂ ਫਾਟੋਆਂ ਖਿੱਚ ਲਈਏ। ਚਲੋ ਡਾਬਰਮੈਨ ਤੋਂ ਹੀ ਛੱਡੋ, ਡਾਬਰਮੈਨ ਤੋਂ ਕੀ ਲੈਣਾ, ਡਾਬਰਮੈਨ ਦੀਆਂ ਫੋਟੋਆਂ ਵੀਡੀਓ ਮੈਂ ਖਿੱਚ ਲੈਂਦਾ, ਉਹ ਮੈਂ ਪੋਸਟਾਂ ਪਾਸਟਾਂ ਪਾਉਣਾ। ਇੱਕ ਡਾਬਰਮੈਨ ਬਰਾਊਨ ਕਲਰ ਦਾ ਬੁੱਕ ਹੋਇਆ ਅਮੈਰੀਕਨ, ਉਹ ਦੇਣ ਵਾਲਾ ਵਾ, ਅਤੇ ਉਹ ਮੈਂ ਰੱਖੜੀ ਦੇ ਲਾਗੇ ਬੰਨੇ ਦੇਣਾ, ਰੱਖੜੀ ਤੋਂ ਇੱਕ ਦਿਨ ਪਹਿਲਾਂ ਦੇਣਾ। ਅਤੇ ਹੁਣ ਆਪਾਂ ਚੱਲੇ ਹਾਂ ਜਰਮਨ ਸ਼ੈਫਰਡ ਪਿੱਛੇ ਤੁਹਾਨੂੰ, ਆਹ ਵੇਖੋ ਜਰਮਨ ਸ਼ੈਫਰਡ ਮੇਲ ਪੱਪੀ ਪਿਆ, ਇਹਦੀ ਫੀਡ ਕਿੱਥੇ, ਉਹ ਫੀਡ ਦੇ ਦੋ ਪੈਕਟ ਪਏ ਇਹਦੇ ਨਾਲ ਦੇਣੇ। ਜਰਮਨ ਸ਼ੈਫਰਡ ਥੋੜ੍ਹੇ ਚਿਰ ਹੀ ਹੋਇਆ ਵੀਰ ਨਾਲ ਚੈਟ ਹੀ ਚੱਲਣ ਡੇ, ਵੀਰ ਕਹਿੰਦੇ ਵੀ ਇਤਰਾਂ ਇਤਰਾਂ ਬੱਚਾ ਡਿਲੀਵਰ ਕਰੋ, ਵੀਰ ਬਾਹਰ ਹੀ ਸ਼ਾਇਦ ਕਿਤੇ ਮੇਰੇ ਹਿਸਾਬ ਨਾਲ ਅਮੈਰੀਕਾ ਆਇਆ, ਅਤੇ ਕਹਿੰਦੇ ਅਕਾਊਂਟ ਅਕਾਊਂਟ ਬਣੇ ਨਹੀਂ ਜਾਂ ਕਿੱਦਾਂ ਸੈਂਡ ਨਹੀਂ ਹੋਣੇ ਪੈਸੇ। ਮੈਂ ਕਿਹਾ ਵੀਰੇ ਅਕਾਊਂਟ ਨੰਬਰ ਤੁਹਾਨੂੰ ਸੈਂਡ ਕਰ ਦਿੰਦਾ ਜੇ ਹੋ ਸਕਦਾ, ਤੇਲ ਖਰਚਾ ਪਵਾ ਦਿਓ, ਅਤੇ ਨਹੀਂ ਤਾਂ ਨਹੀਂ ਕੋਈ ਗੱਲ ਨਹੀਂ, ਅਸੀਂ ਇੱਦਾਂ ਨਿਕਲ ਜਾਂਦੇ ਹਾਂ, ਹੈ ਨਾ। ਇੱਕੋ ਚੀਜ਼ ਆਪਾਂ ਇੰਟਰਨੈਟ ਤੋਂ ਸਿੱਖੀ, ਆਪਾਂ ਮੋਟੀਵੇਸ਼ਨਲ ਵੀਡੀਓ ਵੇਖਦੇ ਰਹਿੰਦੇ ਹਾਂ ਕਿ ਉੱਥੇ ਕਿਹਾ ਹੁੰਦਾ ਰਿਸਕ ਲੈਣਾ ਸਿੱਖੋ, ਰਿਸਕ ਲੈਣਾ ਸਿੱਖੋ। ਆਹ 4000 ਦਾ ਤੇਲ ਹੀ ਆ, ਇਹ ਕਰੀ ਨਿਕਲ ਜਾਂਦੇ ਹਾਂ, ਅਤੇ ਜਿੰਨਾ ਵੀਰ ਪੈਸੇ ਪਾਊਗਾ ਤਾਂ 4000 ਦਾ ਤੇਲ ਹੀ ਆ, ਮੋੜ ਆਵਾਂਗੇ ਬੱਚਾ ਤਾਂ ਆਪਣਾ ਫਿਰ ਕਿਤੇ ਵਿਕ ਜੂਗਾ, ਟੈਨਸ਼ਨ ਵਾਲੀ ਕੋਈ ਥੋੜ੍ਹੀ ਗੱਲ ਆ। ਅਤੇ ਰਿਸਕ ਤਾਂ ਲੈਣਾ ਚਾਹੀਦਾ। ਹੁਣ ਅਗਲੇ ਹੁਣ ਉਹ ਭਾਅ ਜੀ ਕਹਿੰਦੇ ਵੀ ਆਪਣੇ ਫਾਦਰ ਸਾਹਿਬ ਹੁਣੀ ਯੂਜ਼ ਨਹੀਂ ਕਰਦੇ ਆ ਚੀਜ਼ਾਂ, ਅਤੇ ਬਾਕੀ ਮੈਂ ਅਕਾਊਂਟ ਨੰਬਰ ਪਾਤਾ, ਕਹਿੰਦਾ ਆਪਾਂ ਕੋਸ਼ਿਸ਼ ਕਰਦਾ 5-7 ਹਜ਼ਾਰ ਤੁਹਾਨੂੰ ਤੇਲ ਜੋਗਾ ਪਵਾ ਦਾਂ, ਬਾਕੀ ਬੱਚੇ ਦੇ ਪੈਸੇ ਮੈਂ ਉੱਥੋਂ ਫੜ ਲੂੰ। ਆਪਾਂ ਰਿਸਕ ਲੈ ਕੇ ਚੱਲੇ ਹਾਂ ਗਾਈਜ਼, ਅਤੇ ਵੇਖੋ ਕੀ ਬਣਦਾ ਆ, ਕਰਦੇ ਹਾਂ ਬੱਚੇ ਦੀ ਡਿਲੀਵਰੀ। ਵੈਸੇ ਨਾ ਮੈਂ 2-4 ਵਾਰ ਇਸ ਤਰ੍ਹਾਂ ਕੀਤਾ ਪਹਿਲਾਂ ਵੀ, ਅਤੇ ਬੰਦੇ ਜੈਨੂਅਨ ਹੀ ਹੁੰਦੇ ਆ ਸਾਰੇ, ਅਤੇ ਕੋਈ ਚੱਕਰ ਨਹੀਂ ਹੁੰਦਾ। ਬਾਕੀ ਮੈਂ ਤਾਂ ਜਸਵੀਰ, ਆਹ ਕਰ ਲਓ ਰੈੱਡ ਬਿਲ ਇੰਜੋਏ, ਮੇਰੀ ਕਿੱਥੇ ਆ ਸਾਲਿਆ, ਹਾਂ ਮੇਰੀ ਬਈ। ਅਤੇ ਹੁਣ ਅਸੀਂ ਫਿਰ ਨਿਕਲਦੇ ਹਾਂ ਅੰਮ੍ਰਿਤਸਰ ਤੋਂ, ਬਾਕੀ ਬਣਾਉਂਦੇ ਹਾਂ ਵਲੋਗ, ਬਾਕੀ ਗੱਡੀ ਦੀ ਜੇ ਟਾਈਮ ਲੱਗ ਗਿਆ ਗੱਡੀ ਦੀ ਮੋਡੀਫਿਕੇਸ਼ਨ 'ਤੇ ਵੀ ਹੁਣ ਜ਼ੋਰ ਦੇਣ ਆ, ਉਹ ਵੀ ਆਪਾਂ ਕਰਦੇ ਹਾਂ। ਲਓ ਵੀ ਮਿੱਤਰੋ, 5 ਸੁਖਚੈਨ ਅਤੇ 5 ਨਿੰਮਾਂ ਕਹਿਤੀਆਂ ਵੀਰ ਨੂੰ, 10 ਬੂਟੇ ਆਪਾਂ ਉਹ ਜਰਮਨ ਸ਼ੈਫਰਡਾਂ ਦਾ ਦੇ ਦਾਂਗੇ। ਬਾਕੀ ਡਾਬਰਮੈਨ ਦੀ ਫੋਟੋ ਵੀਡੀਓ ਬਣਾ ਲਈ, ਡਾਬਰਮੈਨ ਤਾਂ ਕੱਲ੍ਹ ਦੇਣਾ ਹੀ ਆ, ਇਹ ਬੱਚਾ ਬਾਹਰੋਂ ਬੁੱਕ ਹੋਇਆ ਹੀ। ਅਮੈਰੀਕਨ ਡਾਬਰਮੈਨ ਹੁੰਦੇ, ਤੋਂ ਉੱਤੇ ਵੀ ਹੁੰਦੇ, ਉਹ ਯੂਰਪੀਅਨ ਹੁੰਦੇ, ਇੱਕ ਇੰਗਲਿਸ਼ ਪਿਨੇਚਰ ਵੀ ਹੁੰਦੇ, ਉਹਦੀ ਕੁਆਲਿਟੀ ਥੋੜ੍ਹੀ ਲੋਅ ਹੁੰਦੀ ਹੈ ਤੋਂ। ਠੀਕ ਹੈ ਗਾਈਜ਼, ਆ ਬੂਟੇ ਵੇਖੋ, ਬਹੁਤ ਸੁਨਹਿਰੀ ਜਗ੍ਹਾ, ਉਹ ਸੁਨਹਿਰੀ ਕਹਿੰਦੇ, ਬਹੁਤ ਸੋਹਣੀ ਜਗ੍ਹਾ ਲੱਗੀ, ਅਤੇ ਮੈਂ ਤਦ ਕਰਕੇ ਇੱਥੇ ਆ ਗਿਆ। ਸੁਨਹਿਰੀ ਆ ਗਏ, ਆਹ ਚੀਜ਼ਾਂ ਕਿੱਥੇ ਲੱਭਣੀਆਂ ਹੋਰ 4-5 ਸਾਲਾਂ ਨੂੰ ਜੇ ਆਪਾਂ ਨਾ ਬਚਾਈਆਂ ਤਾਂ। ਬਾਕੀ ਆਪਣਾ ਤਾਂ ਫੁੱਲ ਜੋ ਰਿਹਾ ਜਾਣ, ਸਾਰੇ ਪੰਜਾਬ ਨੂੰ ਕਹਿੰਦੇ ਬੂਟੇ ਵੱਧ ਤੋਂ ਵੱਧ ਲਾਓ। ਨਿਊ ਮਾਂ ਦੁਰਗਾ ਨਰਸਰੀ ਅੱਗੇ ਜੀ, ਵੀਰੋ ਨਹੀਂ ਖਾਣਾ ਖਾਣ ਡੇ, ਆ ਜਾਓ ਵੀਰੇ, ਮੈਂ ਰੱਖਾ ਦਾਂ ਗੱਡੀ 'ਚ, ਰਾਤੀ ਚੱਲ ਗਈਆਂ ਗੋਲੀਆਂ ਨੀ, ਇਹਨੂੰ ਫੀਦੀ ਪਾਈ, ਇਹਨੂੰ ਕਾਕੇ ਨੂੰ ਫੀਦੀ, ਮਾਰਾ ਮਾਰ ਜਸ ਵੀਰ, ਉਹ ਫੀਡ ਫੜਾ ਕਿਸੇ ਲਿਫਾਫੇ 'ਚ, ਅਤੇ ਕਿੱਦਾਂ ਦੀਆਂ ਆਵਾਜ਼ਾਂ ਕੱਢਣ, ਇੱਕ ਮਿੰਟ ਜਾਣ, ਫੀਡ ਦਾ ਡੱਬਾ ਹੀ ਕੱਢਦੇ ਸਾਰਾ। ਬਹਿ ਜਾ ਤੂੰ ਗੱਡੀ 'ਚ, ਇੱਕ ਤੇ ਆ ਗਿਆ ਹੀ ਖਾਣ, ਦੂਜੇ ਸਾਰੇ ਭੱਜ ਗਏ, ਦੂਜੇ ਵਿਚਾਰੇ ਡਰਦੇ ਭੱਜ ਗਏ, ਇੱਥੋਂ ਲੱਗ ਬੁੱਲਟ ਜਿਹਾ ਟੱਕ ਮਰ ਗਿਆ, ਉਦੋਂ ਤੇ ਡਰ ਗਏ ਸਾਡੇ ਤੋਂ, ਆ ਇੱਕ ਖਾਣ ਡਿਆ ਸੀ, ਆ ਸ਼ਮਲਾ ਬਣਾ ਕੇ, ਚੱਲ ਇੱਕ ਨੇ ਖਾ ਕੇ ਉਹਨੇ ਦੱਸ ਦੇਣਾ, ਕਹਿੰਦਾ ਆ ਜਾਓ ਦਾਵਤ ਆ ਗਈ ਜੇ, ਬਣਾ ਲੈਣਾ ਆਪੇ। ਚੱਲ ਵੀ ਮਿਹਨਤ ਸਫਲ ਹੋ ਗਈ, ਇੱਕ ਖਾ ਗਿਆ, ਦੂਜਾ ਖਾਣ ਡਿਆ, ਇਹਨਾਂ ਬਾਕੀ ਆਪੇ ਬਾਅਦ 'ਚ ਇੱਕ ਦੂਜੇ ਨਾਲ ਕਰ ਲੈਣੀ ਸਾਂਝੀ। ਅੰਜਣੇ ਵਾਲੇ ਲਾਗੇ ਆ ਗਏ ਹਾਂ, ਸਾਨੂੰ ਭੁੱਖ ਜਿਹੀ ਲੱਗੀ, ਅਸੀਂ ਫਿਰ ਕਿਹਾ ਇੱਥੋਂ ਬਰਗਰ ਕਿੰਗ ਤੋਂ ਕੋਈ ਨਾ ਕੋਈ ਮਾੜਾ ਮੋਟਾ ਔਡਰ ਕਰਾ ਲਈਏ, ਅਤੇ ਕੋਈ ਔਡਰ ਕਰਾਉਣ ਲੱਗੇ ਯਾਰ, ਸਵੇਰ ਦਾ ਕੋਈ ਘਰੋਂ ਖਾਧਾ ਨਹੀਂ, ਕਾਲੀ ਕਾਲੀ 'ਚ ਆ ਗਏ ਆ, 2 ਵੱਜ ਗਏ ਆ, ਲੋਕਾਂ ਨੂੰ ਇਹ ਦੀਦਾ ਵੀ ਬਾਹਰੋਂ ਖਾਂਦੇ ਪੀਂਦੇ, ਇਹ ਨਹੀਂ ਦੀਦਾ ਵੀ ਕਿੰਨੇ ਕਿੰਨੇ ਚਿਰਾਂ ਰੋਟੀ ਵੀ ਸਾਡੀ ਹੈ ਨਾ ਅੱਗੇ ਪਿੱਛੇ ਹੋ ਜਾਂਦੀ ਆ, ਕਿੰਨੇ ਕਿੰਨੇ ਦਿਨ। ਮੇਰਾ ਮੋਸਟਲੀ ਇਹ ਹੁੰਦਾ ਵੀ ਮੈਂ ਪਹਿਲਾਂ ਆਪਣਾ ਕੰਮ ਕੰਪਲੀਟ ਕਰਾਂ ਫਿਰ ਕੁਝ ਖਾਵਾਂ, ਹੁਣ ਪਰ ਭੁੱਖ ਲੱਗ ਗਈ, ਮੈਂ ਚਲੋ
ਆਰਡਰ ਦੇ ਲਈਏ ਡਰਾਈ ਥਰੂ। ਇੱਦਾਂ ਕਰੋ ਕਰੰਚੀ ਟਾਕੋ ਇਹ ਇੱਕ ਕਰ ਦਿਓ, ਡਬਲ ਕ੍ਰਿਸਪੀ ਬਰਗਰ ਕਰ ਦਿਓ ਚਿਕਨ ਵਾਲਾ, ਅਤੇ ਦੋ ਚਿਕਨ ਟਾਕੋ ਕਰ ਦਿਓ, ਨਹੀਂ ਵਿਦਾਊਟ ਮੀਲ ਹੀ। ਉਹ ਜਾਣ ਨੋਨ ਵੈਜ ਅਤੇ ਟਾਕੋ ਕਰਾਏ ਸੀ। ਆ ਵੇਖੋ ਫਿਰ ਪਿੱਛੇ ਕਰਕੇ ਵਲੌਗ ਲਾਉਂਦਾ, ਇੱਥੇ ਤੀਜੀ ਵਾਰ ਇੱਦਾਂ ਹੋ ਗਿਆ ਬਹੁਤ ਯਾਰ। ਫਿਰ ਉਹ ਫਿਰ ਸੱਚਾ ਹੀ ਰਿਵਿਊ ਤੁਹਾਡੇ ਸਾਹਮਣੇ ਮੈਂ ਬੈਕ ਕਰਕੇ ਹੁਣੇ ਵੀਡੀਓ ਵੀ ਲਾਈ, ਉਹ 'ਚ ਵੀ ਮੈਂ ਕਹਿਣਾ ਨੋਨ ਵੈਜ ਟਾਕੋ ਕਰਿਓ ਸਾਰਾ, ਵੈਜ ਟਾਕੋ ਕਰਦੇ। ਇਹ ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ, ਹਰ ਵਾਰ ਇੱਦਾਂ ਕਰਦੇ। ਚੱਲ ਬਰਗਰ ਤਾਂ ਹੋਰ ਇਹਦੇ ਖਾਈਏ, ਉਹ ਵੇਖੋ ਫੋਨ ਆਉਣ ਡੇ। ਬਾਕੀ ਜਾਣ ਕੋਈ ਹਾਏ ਅਫੀਸ਼ੀਅਲ ਵੇਖਣ ਡਿਆ ਹੋਵੇ ਬਰਗਰ ਕਿੰਗ ਦਾ, ਵੀ ਉੱਤੇ ਕੋਈ ਐਕਸ਼ਨ ਨਾ ਲਿਆ ਜਾਵੇ, ਹੈ ਨਾ। ਜਸ ਨੇ ਮੈਨੂੰ ਆਹ ਗੱਲ ਕਹੀ, ਕਹਿੰਦਾ ਮਾਮਾ ਕੋਈ ਵੇਖ ਹੋਰ ਉਹਨਾਂ ਦਾ ਵੀਡੀਓ ਵੇਖਿਆ ਹੋਵੇ ਤਾਂ ਨੌਕਰੀ ਜਾਵੇ। ਕੋਈ ਗੱਲ ਨਹੀਂ, ਆਪਣੇ ਛੋਟੇ ਵੱਡੇ ਭਰਾਵਾਂ ਵਰਗਾ ਸੀ ਮੁੰਡਾ, ਗਲਤੀਆਂ ਬੰਦਿਆਂ ਤੋਂ ਹੁੰਦੀਆਂ ਅਤੇ ਬੜਾ ਕੁਝ ਹੋ ਜਾਂਦਾ। ਮੈਂ ਤਾਂ ਇੱਕ ਵਾਰੀ ਬੱਚਾ ਦੇ ਆਇਆ ਹਾਂ, ਆਪਣੇ ਵੱਲੋਂ ਮੇਲ ਦੇ ਕੇ ਆਇਆ ਅਤੇ 5-7 ਦਿਨਾਂ ਬਾਅਦ ਉਹਨਾਂ ਦੱਸਿਆ ਭਾਅ ਜੀ ਫੀਮੇਲ ਆ ਗਈ। ਗਲਤੀਆਂ ਬੰਦੇ ਕੋਲ ਹੁੰਦੀਆਂ, ਕੋਈ ਗੱਲ ਨਹੀਂ। ਅਤੇ ਬਾਕੀ ਆਹ ਇੱਧਰ ਬੜਾ ਆਪਣੇ ਟਾਕੋਜ਼ ਆ ਗਏ, 2 ਟਾਕੋਜ਼, ਅਤੇ ਆਪਾਂ ਹੁਣ ਇਹ ਖਾਂਦੇ ਹਾਂ, ਨਾਲ ਨਾਲ ਜਾਂਦੇ ਹਾਂ। ਹਜੇ ਸਫ਼ਰ 2 ਘੰਟਿਆਂ ਦਾ ਪਿਆ ਅਤੇ 2:30 ਵੱਜ ਗਏ, 4:30-4:5 ਵੱਜ ਹੀ ਜਾਣੇ। ਬਾਕੀ ਆਪਾਂ ਗੱਡੀ ਮੋਡੀਫਿਕੇਸ਼ਨ ਦਾ ਥੋੜ੍ਹਾ ਜਿਹਾ ਕੰਮ ਕਰਾਉਣਾ, ਕੁਝ ਆ ਕੇ ਵੀ ਕਰਾਵਾਂਗੇ, ਕੱਪੜੇ ਚੇਂਜ ਕਰਕੇ ਲੈਂਡ ਜਿਹੜੀਆਂ ਗਈਆਂ ਵਾ ਕੀ ਉਹਨੂੰ ਕਹਿੰਦੇ ਫੋਗ ਲੈਂਪਾਂ ਘਰ ਪਈਆਂ, ਉਹ ਸ਼ਾਮੀ ਆ ਕੇ ਪਵਾ ਲਾਂਗੇ। ਬਾਕੀ ਇਹ ਸਾਰਾ ਇੱਥੋਂ ਕਰਾਉਂਦੇ ਹਾਂ, ਕਿਤੇ ਸਕੰਧ ਸਕੁੰਧ ਤੋਂ ਕਰਾਉਂਦੇ ਜਾਂ ਵੇਚਦੇ ਕਿੱਥੇ ਕਰਦੇ ਹਾਂ, ਬਣੇ ਰਹੋ ਵਲੌਗ ਦੇ ਨਾਲ। ਸਾਰਾ ਮੇਰਾ ਭਰਾ ਵੇਖਿਓ ਐਂਡ ਤੱਕ। ਪਿਆਜ਼ ਜੀ ਲੱਗੀ ਅਤੇ ਹੁਣ ਜਾਣ ਮੈਂ ਹੁਣ ਪਾਣੀ ਦੀ ਇੱਕ ਬੋਟਲ ਇਹ ਲੱਗਾ, ਵੈਸੇ ਰੈਡ ਬੁੱਲ ਜੀ ਕਰਦਾ ਵੀ ਦਿਨ ਦੀ ਇੱਕ ਪੀਲੀ ਬੜੀ ਆ, ਅੱਗੇ ਤੁਹਾਨੂੰ ਪਤਾ ਘਰਦੇ ਨਾਲ ਸ਼ਰਤ ਜੀ ਲੱਗੀ ਸੀ, ਅਤੇ ਉਹ ਦੂਜਾ ਕੀ ਉਹਨੂੰ ਕਹਿੰਦੇ ਹੁਣ ਆਪਾਂ ਕਰੈਨਬੈਰੀ ਜੂਸ ਫੜ ਲਿਆ, ਇੱਕ ਕਰੈਨਬੈਰੀ ਅਤੇ ਇੱਕ ਪਾਣੀ ਦੀ ਬੋਤਲ, ਠੀਕ ਆ। ਲਓ ਵੀ ਮਿੱਤਰੋ ਕਰੋ ਚੈੱਕ, ਆਏ ਹਾਏ ਹਾਏ ਫਗਵਾੜੇ ਲਾਗੇ ਪਹੁੰਚ ਗਏ, ਲਗਭਗ ਨਜ਼ਾਰੇ ਆ। ਕਿਉਂ ਬਾਈ ਜੀ ਪੂਰੇ ਨਜ਼ਾਰੇ ਆ, ਪਿੱਛੇ ਸਾਡੇ ਸ਼ੈਫਟ ਭਾਜੀ ਹੋਣੀ ਪਏ ਆ। ਬਹੁਤ ਘੈਂਟ ਮੌਸਮ, ਬਹੁਤ ਘੈਂਟ ਗਾਣੇ ਲਾ ਕੇ ਸਟੋਰੀਆਂ ਸਟਾਰੀਆਂ ਪਾਉਂਦੇ ਮਿੱਤਰੋ, ਬਹੁਤ ਘੈਂਟ ਬਹੁਤ ਘੈਂਟ ਮਜ਼ਾ ਆ ਗਿਆ। ਗੋਲਗੱਪੇ ਰੇਹੜੀ ਜੀ ਵੇਖੀ, ਸਾਡਾ ਗੋਲਗੱਪੇ ਖਾਣ ਨੂੰ ਜੀ ਕਰ ਪਿਆ, ਸ਼ਰਟ ਬੀਜੀ ਹੋਣਾਂ ਨੂੰ ਇੱਥੇ ਰਹਿਣ ਦਿੰਦੇ ਹਾਂ, ਇਹਦੀ ਗੱਡੀ ਠੰਡੀ ਹੈ ਨਾ, ਆ ਜਾ 5 ਮਿੰਟ 'ਚ ਆ ਜਾਣਾ। ਬਾਈ ਆ ਕਿਹੜਾ ਏਰੀਆ ਪੈ ਜਾਂਦਾ, ਬਹੁਤ ਸਵਾਲ ਲੱਗੇ ਵੈਸੇ, ਕਿਹੜਾ ਏਰੀਆ ਪੈਂਦਾ? 20 ਦੇ ਖਾ ਗਏ ਅਸੀਂ, 20 ਦੇ ਹੋਰ ਕੱਢਦੇ, ਕਿੰਨੇ ਦੇ ਕੱਢੇ ਜੇ? 30 ਕੇ ਨਿਕਾਲ ਦੀਆ, ਚਲੋ ਵਧੀਆ ਕਰਦੀ ਆ, 50 ਕੇ ਹੋ ਜਾਏਗੇ, ਹੈ ਨਾ। ਵਧੀਆ ਨਹੀਂ ਜਾਣ, ਸਵਾਦ ਹੈ ਨਾ, ਕਾਹਦੇ ਕਦੀ ਇੱਥੋਂ। ਬਾਈ ਰਾਏਕੋਟ ਜਾਣ 'ਤੇ ਕਿਤਨਾ ਹੈ? ਰਾਏਕੋਟ ਕਿਤਨਾ ਹੈ? ਆਹੋ ਉਧਰੋਂ ਜਾਣਾ ਹੈ, ਗਲਤ ਆ ਗਏ, ਕੁਦਰਤੀ ਮੇਲਾ ਕਰਮਾਂ 'ਚ ਇਹ ਲਿਖੇ ਜਾ ਸਕਦਾ। ਸੱਚੀ ਆਪਾਂ 250 ਕਿਲੋਮੀਟਰ ਰਹਿ ਨੂੰ, ਉਹ 250 ਮੀਟਰ ਰਹਿ ਨੂੰ ਆ ਗਏ। ਚਲੋ ਠੀਕ ਹੈ ਮਿੱਤਰੋ, ਖਾ ਪੀ ਲਈਏ, ਉਹ ਗੱਡੀ ਲੱਗੀ ਚੱਲੇ ਫਿਰ। ਆਹ ਘਰ ਚੱਲਿਆ ਜੇ ਬੱਚਾ, ਮਿੱਤਰੋ ਮਿੱਤਰੋ ਮਿੱਤਰੋ
ਆਹ ਬੱਚੇ ਦੀ ਡਾਇਟ ਪਲਾਨ ਸਾਰੀ ਲੈਤੀ ਮੈਂ ਉਹਨੂੰ ਸਮਝਾ ਦੇਣ ਲੱਗਾ। ਬੱਚਾ ਜੀ ਜੀਤ ਬੜੀ ਗੰਢ ਹੈ ਟਿੱਡਾ ਜਿਹਾ, ਆਹ ਦਹੀਂ ਆ ਗਿਆ ਅਤੇ ਫੀਡ ਕਰਸ਼ ਕਰ ਲਿਆਂਦੀ ਹੈ, ਹੁਣ ਪਹਿਲਾਂ ਫੀਡ ਸਮਝਾ ਦੇਣਾ ਫਿਰ ਬਾਅਦ ਡਾਇਟ ਆ ਫੜੀ। ਪਾਲੀ ਨਾ ਦੋ ਕੁ ਚਮਚੇ ਜੀ ਤਰਾ ਕਰਸ਼ ਕਰਨੀ ਹੈ, ਠੀਕ ਹੈ ਜੀ, ਆਹ ਜਿੰਨੀ ਬਣ ਗਈ ਨਾ ਪਾਲੀ, ਠੀਕ ਹੈ ਜੀ, ਇਹ 'ਚ ਦਹੀਂ ਪਾਉਣਾ ਵਾ ਕੋਈ ਲਗਭਗ, ਆਹ ਵੇਖੋ ਦੋ ਕੋਈ ਢਾਈ ਕੁ ਪਾਉਣਾ ਹੁੰਦਾ ਵੈਸੇ, ਤਿੰਨ ਚਮਚ ਪੈ ਗਿਆ, ਠੀਕ ਹੈ, ਆਹ ਪਾਲੋ, ਇਹਨੂੰ ਬਸ ਮਿਕਸ ਕਰ ਲਓ, ਹੁਣ ਵੇਖਿਓ ਇਹਨੂੰ ਸਮੈਲ ਆਉਣੀ ਹੁਣ ਇਹਨੇ ਔਡਰ ਕਰਨਾ ਅੱਗੇ ਬੜੀ ਗਾਲੀ ਕਰਦਾ। ਹਾਂਜੀ ਸਮੈਲ ਆਉਣੀ, ਇਹ 'ਚ ਥੋੜ੍ਹਾ ਜਿਹਾ ਅੱਧਾ ਕੁ ਚਮਚਾ ਪਾਣੀ ਪਾਉਣਾ, ਪਾਣੀ ਨਾਲ ਇਹ ਵੀ ਥੋੜ੍ਹਾ ਪਤਲਾ ਹੋ ਜੂਗਾ, ਜ਼ਿਆਦਾ ਡਾਰਕ ਨਹੀਂ ਰਹੂਗਾ। ਆਹੀ ਆਹੀ ਆਹੀ, ਜਦੋਂ ਇਸ ਤਰ੍ਹਾਂ ਬੱਚਾ ਖਾਂਦਾ ਪੀਂਦਾ ਨਾ, ਜਦੋਂ ਬਣਦਾ ਫਿਰ ਚਿਕਨ ਉਬਲਿਆ ਹੋਇਆ ਅਤੇ ਨਾਲ ਹੀ ਉਬਲੇ ਹੋਏ ਚੌਲ, ਇਹ ਮਿਕਸ ਕਰਕੇ ਦੇ ਦਿਓ, ਠੀਕ ਹੈ ਜੀ। ਇਹ ਸਾਰੀਆਂ ਦਹੀਂ ਦੀਆਂ ਆਈਟਮਾਂ ਇਸ ਤਰ੍ਹਾਂ ਇੰਨਾ ਵਧੀਆ ਰਹੂਗਾ ਕਿ ਇਹਨਾਂ ਕੋਈ ਖਰਾਬੀ ਨਹੀਂ ਹੁੰਦੀ। ਲਓ ਜੀ ਅੱਜ ਦਾ ਵਲੌਗ ਕਰਨ ਲੱਗੇ ਇੱਥੇ ਹੀ ਓਵਰ, ਬਾਕੀ ਘਰ ਜਾ ਕੇ ਤਿਆਰ ਤਿਉਰ ਹੋ ਕੇ ਕੱਪੜੇ ਚੇਂਜ ਕਰਕੇ ਅਤੇ ਫਿਰ ਗੱਡੀ ਦਾ ਥੋੜ੍ਹਾ ਜਿਹਾ ਕੰਮ ਕਰਾਉਣ ਵਾਲਾ ਰਹਿੰਦਾ ਉਹ ਕਰਾ ਲੈਂਦੇ ਹਾਂ, ਘਰ ਬਿਊਟੀ ਵਾਲਿਆਂ ਨਾਲ ਕੀਤੀ ਗੱਲ, ਹੋਰ ਰਸਤੇ 'ਚ ਘੰਟੇ ਤੱਕ ਆਪਾਂ ਪਹੁੰਚ ਜਾਣਾ ਅਤੇ ਬਸ ਜਾ ਕੇ ਤਾਂ ਆਪਾਂ ਤਿਆਰ ਤਿਉਰ ਹੋ ਗਏ ਅਤੇ ਜਿੰਮ ਚੱਲੇ ਹਾਂ, ਜਿੰਮੋਂ ਹੋ ਕੇ ਆ ਕੇ ਕਰ ਲਵਾਂਗੇ। ਓਕੇ ਗਾਈਸ, 2 ਆਵਰਸ ਲੇਟਰ। ਲਓ ਵੀ ਮਿੱਤਰ ਸ਼ੈਫ ਡਿਲੀਵਰ ਕਰਕੇ ਆ ਗਏ ਅਤੇ ਹੁਣ ਚੱਲੇ ਹਾਂ ਆਪਾਂ ਗੱਡੀ ਨੂੰ ਫੋਗ ਲੈਂਪਾਂ ਪਵਾਉਣ, ਇੱਕ ਟੁੱਟੀ ਸੀ ਅਤੇ ਮੈਂ ਦੋਵੇਂ ਹੀ ਨਵੀਆਂ ਲੈਣ ਦੀਆਂ, ਦੂਜੀ ਪੀਲੀ ਜੀ ਹੋਈ ਸੀ ਉਦੋਂ ਪਾਣੀ ਜੀ ਵਾੜੀ ਬੁੜੀ ਗੱਡੀ ਉਦੋਂ ਕਰਕੇ, ਅਤੇ ਫੋਗ ਲੈਂਪਾਂ ਪਿੱਛੇ ਕਿੱਥੇ ਪਈਆਂ ਜਾਣ ਵਿਖਾਈ, ਆਹ ਦੋਨੇ ਪਈਆਂ ਰਾਈਟ ਅਤੇ ਲੈਫਟ ਦੋਨੇ ਪਈਆਂ ਅਤੇ ਇਹ ਆਪਾਂ ਪਵਾ ਲੈਣੀਆਂ ਹੁਣ, ਠੀਕ ਹੈ। ਸ਼ੈਫਡ ਵਧੀਆ ਪਹੁੰਚ ਗਿਆ, ਉਹਨਾਂ ਨੂੰ ਸਾਰਾ ਸਮਝਾਇਆ, ਹੁਣ ਅਸੀਂ ਜਿੰਮ ਜੁੰਮ ਲਾਏ ਤਦ ਕੱਪੜੇ ਕੁੱਪੜੇ ਚੇਂਜ ਕੀਤੇ ਅਤੇ ਆਹ ਵੇਖੋ ਆਹ ਚੀਜ਼ ਹੁੰਦੀ ਫੋਗ ਲੈਂਪ, ਇੱਕੋ ਮਿੰਟ, ਆਹ ਚੀਜ਼ ਹੁਣ ਆਪਣੇ ਪਾਊਗੀ ਗੱਡੀ ਦੇ ਦੋਵੇਂ ਥੱਲੜ ਦੇ ਬੰਨੇ, ਅਤੇ ਹਜੇ ਮੈਂ ਪੀਲੇ ਬਲਬ ਵੀ ਲੈ ਲੈਣੇ ਕਿਉਂਕਿ ਇਹ ਟੁੱਟਦੀ ਬੜੀ ਛੇਤੀ ਮੇਰੀ, ਅਤੇ 1100-1200 ਦੀ ਇੱਕ ਆਈ ਅਤੇ ਮੈਂ ਉਸ ਮਤਲਬ ਖਰਾਬ ਨਹੀਂ ਕਰਨਾ ਚਾਹੁੰਦਾ, ਫਿਰ ਉਹ ਵਿੱਚ ਜਿਹੜੇ ਬਲਬ ਪੈਣੇ ਉਹ ਫਿਰ 1500-1500 ਦਾ ਇੱਕ ਬਲਬ ਪੈਣਾ ਵਾਈਟ, ਅਤੇ ਉਹ ਮੈਂ ਬਾਅਦ 'ਚ ਪਵਾਊਂਗਾ ਕਿਉਂਕਿ ਪਹਿਲਾਂ ਘਰ 'ਚ ਲਾ ਗਿਆ ਪਹਿਲਾਂ ਗੱਡੀ ਨੂੰ ਲੱਗਦੀ ਨਹੀਂ, ਆਪਣੀ ਗੱਡੀ ਜ਼ਿਆਦਾ ਮਾਰ ਇੱਥੋਂ ਖਾਂਦੀ ਫੋਗ ਲੈਂਪ, ਲੱਗਦੀ ਲੱਗਦੀ ਟੁੱਟਦੀ ਟੁੱਟਦੀ ਖੱਬੇ ਹੱਥ ਵਾਲੀ, ਬਾਕੀ ਕੋਈ ਨਹੀਂ ਹੁਣ ਚੱਲਦੇ ਹਾਂ ਇੱਥੇ ਕਾਰ ਬਿਊਟੀ ਵਾਲਿਆਂ ਕੋਲ, ਫਿਰ ਹੁਣ ਬਣਾਉਂਦੇ ਉੱਥੇ ਵਲੌਗ। ਲਓ ਜੀ ਆ ਗਏ ਆਪਾਂ ਮਕੈਨਿਕ ਹਣੀ ਵੀਰ ਕੋ, ਉਹ ਵੀਰ ਇਲੈਕਟ੍ਰੀਸਿਟੀ ਵਾਲੇ, ਇਹਨਾਂ ਨੇ ਕਰਨਾ ਸਾਰਾ ਕੰਮ, ਇੱਥੇ ਬਹੁਤ ਹੈ। ਅੱਛਾ ਨਾਲ ਦੱਬਾ, ਇਹਨੇ ਨਾਲ ਦੱਬ ਕੇ ਲਓ ਭਾਅ ਜੀ, ਇੱਕ ਆਹ ਕੈਮਰੇ ਦਾ ਵੀ ਵੇਖਣਾ ਇਹਨਾਂ ਨੇ, ਕੈਮਰੇ ਐਨ ਘੁੰਮਾਉਂਦਾ, ਔਰ ਰਾਈਟ ਆ ਆ ਗਿਆ, ਆਹ ਇੱਕ ਨਾਲ ਮੈਟਰ ਖਾ ਦੇਣ ਲੱਗੇ। ਲਿਓ ਜੀ 5D ਕਿਹੜੇ ਡੀ, ਨਹੀਂ ਸੱਚ ਇਹ ਦੂਜੇ ਆ 3D, ਆਹ ਕੱਢ ਦਿਓ ਸਾਰਾ, ਆਹ ਫਿਰ ਆਹ ਨਾਲ ਪੈਕ ਕਰ ਦਿਓ ਸਾਨੂੰ ਕਿਸੇ ਚੀਜ਼ 'ਚ, ਹੈ ਨਾ, ਇਹ ਕੱਟਣ ਕੱਟਣਗੇ ਨਹੀਂ ਮਾਸਾ ਪੈ ਜਾਂਦੇ। ਬੜੀ ਗਲਤ ਗੱਲ ਹੈ ਯਾਰ, ਬਹੁਤ ਗਲਤ ਗੱਲ ਹੈ ਯਾਰ ਭਾਜੀ ਤੁਹਾਡੀ, ਬਹੁਤ ਗਲਤ ਗੱਲ ਜੀ, ਵੀ ਵਲੌਗ ਜਿਹਾ ਬਣਾਉਣਾ ਕੋਈ ਚੱਕਰ ਤਾਂ ਨਹੀਂ ਭਾਜੀ? ਚਲੋ ਇੰਨਾ ਇਹ ਵੀ ਆਹ ਜਿਸ ਤਰ੍ਹਾਂ ਮਿੱਟੀ ਮੁੱਟੀ ਜਾਂਦੀ ਸਾਰਾ ਐ ਸੈੱਟ ਬੈਠੂ, ਠੀਕ ਹੈ ਨਾ, ਜੈਸਾ ਹਸਲਾ 3200 ਦੇ ਹੀ ਸਾਰੇ, ਹਾਂ ਕੀ ਸਾਲਿਆ ਐਸਾ ਹੀ ਹੈ ਫਿਰ, ਸ਼ੌਂਕ ਸੇ ਆ ਗਏ ਕਿਆ ਹੈ ਭਈਆ। ਆਹ ਤਾਂ ਮੰਗਾਈਆਂ ਇਹਦੇ ਨਾਲ ਹੀ, ਆਹ ਫਿਰ ਸੈੱਟ ਪੈ ਜਾਊਗਾ।
ਆਹ ਜਿਹੜੀ ਆਪਣੀ ਪੁਰਾਣੀ ਆ ਵੇਖੋ ਕੀ ਹਾਲ ਬਣ ਗਿਆ ਇਹਦਾ। ਇਹ ਵੀ ਗੁਣਾ ਵੀਰ ਲਓ ਜੀ ਗੱਡੀ ਦਾ ਕੰਮ ਤੇ ਹੋ ਗਿਆ। ਆ ਕਰੀ ਮਾੜਾ ਜਿਹਾ ਕਰਕੇ ਵਿਖਾਈ। ਆ ਵੇਖੋ ਥੱਲੇ ਇੱਥੇ ਮੈਂ ਵਾਈਟ ਬਲਬ ਲਵਾਉਣੇ ਅਜੇ ਲਵਾਉਣੇ ਥੋੜੇ। ਹਾਂ ਕਰ ਗੱਲ ਅਜੇ ਐਂਟੀਨਾ ਲੱਗਣਾ ਰਹਿ ਗਿਆ ਇੰਨੇ ਨਾ ਗੱਡੀ ਲੁੱਕ। ਬਹਿ ਜਾ ਮੈਂ ਪੈਸੇ ਦੇ ਕੇ ਆ ਗਿਆ ਕਾਰ ਬਿਊਟੀ ਵਾਲਿਆਂ ਦੇ। ਹਾਂਜੀ ਵੀਰ ਕੱਢ ਲੱਗਾ। ਆ ਜੀ ਕਾਰ ਬਿਊਟੀ। ਲਓ ਮਿੱਤਰੋ ਕਾਰ ਬਿਊਟੀ ਵਾਲਿਆਂ ਦੇ ਅਜੇ ਪੈਸੇ ਦੇਣ ਵਾਲੇ। ਮੈਂ ਉਹਨਾਂ ਨੂੰ ਕਹਿਤਾ ਇੱਕ ਇਹਦੇ ਨਾਲ ਦੇ ਮੈਟ ਹੋਰ ਕੱਢ ਦਿਓ, ਮੈਨੂੰ ਬਹੁਤ ਘੈਂਟ ਲੱਗੇ ਕਿਉਂਕਿ ਇਹ ਦੂਜੀ ਥਾਰ 'ਚ ਵੀ ਲੱਗ ਜਾਣਗੇ। ਆਹ ਪਿੱਛੇ ਹੁਣ ਕਿਸੇ ਨੇ ਗੱਡੀ ਲਾ ਦਿੱਤੀ, ਦੱਸ ਪਹਿਲਾਂ ਇਹ ਰੌਲਾ ਪਾਉਣ ਡੇ ਗੱਡੀ ਕੱਢੋ। ਅਤੇ ਉਹ ਦੂਜੀ ਇੱਕ ਗੱਡੀ ਦੂਜੀ ਵਾਸਤੇ ਥਾਰ ਵਾਸਤੇ ਵੀ ਮੈਟ ਕਢਾ ਲਏ ਆ। ਮੈਂ ਦੋਵਾਂ ਦੇ ਪੈਸੇ ਮੈਂ ਜਾਇਜ਼ ਕਰ ਲਓ। 3200 ਇੱਕ ਦੇ ਮੰਗਦੇ ਸੀ, ਦੋਵਾਂ ਦੇ 6 ਮੰਗਣਗੇ ਜਾਂ 5500-5800 ਉਹ ਜਾਇਜ਼ ਹੋ ਜਾਣਾ, ਆਪਣਾ ਕੰਮ ਵਧੀਆ ਹੋ ਜਾਣਾ ਅਤੇ ਦੇ ਕੇ ਅਤੇ ਫਿਰ ਆਪਾਂ ਦੂਜੀ ਮੈਟ ਦੇ ਕਰਾ ਲੈਂਦੇ ਪੈਕ। ਆਹ ਵੀ ਕਰਤੇ ਨਾ ਉਹਨੇ ਦੂਜੇ, ਆਹ ਇੱਥੇ ਪਏ ਆ। ਹਾਂ ਵੀ ਸਹੀ ਆ। ਚਲ ਚਲੋ ਮੈਂ ਪੈਸੇ ਦੇ ਆਉਣਾ ਉਹਨਾਂ ਦਾ 6000 ਮੇਰੇ ਹਿਸਾਬ ਨਾਲ ਲਵੂ ਲਗਭਗ, ਘੱਟ ਜ਼ਿਆਦਾ ਘੱਟ ਘੱਟ ਨਹੀਂ ਕਰਦੇ। ਬਾਕੀ ਇਹਨਾਂ ਰੇਟ ਬਾਹਰ ਨਾਲੋਂ ਬੜਾ ਫਰਕ ਆ। ਜਿਹੜੀਆਂ ਲਾਈਟਾਂ ਮੈਂ 17000 ਦੀਆਂ ਲਵਾਈਆਂ, ਸਾਡੇ ਅੰਮ੍ਰਿਤਸਰ ਹੀ ਲੋਕ 24-24000 ਦੀਆਂ ਲਾਉਣ ਡੇ ਸੀ। ਇਹਨਾਂ 17000 'ਚ ਮੇਰੇ ਹਿਸਾਬ ਨਾਲ ਫਿਟਿੰਗ ਵੀ ਕਰਾ ਲਈ ਸੀ ਮੈਂ। ਲਓ ਜੀ ਆਹ ਦੂਜੀ ਦੇ ਮੈਟ ਆ ਗਏ ਜੀ 2x4 ਦੇ। ਇੱਧਰ ਦੇਖੋ ਪ੍ਰਿੰਟ ਰੇਟ 5500। ਹੋਰ ਕੋਈ ਦੁਕਾਨ ਵਾਲਾ ਹੁੰਦਾ ਉਹਨਾਂ ਕਹਿਣਾ ਪ੍ਰਿੰਟ ਰੇਟ 5500 ਤੁਹਾਨੂੰ 4 ਦੇ ਲੱਗ ਜਾਣ। ਉਹ ਥਾਰ ਲੱਗੀ ਆ ਉਹ ਵੇਖੋ, ਅਤੇ ਉਹਨਾਂ ਕਹਿਣਾ 5500 ਦੀ ਆਈਟਮ ਤੁਹਾਨੂੰ 4 ਲੱਗ ਜੂ ਜਾਂ 4500 ਲੱਗ ਜੂ ਜਾਂ 3500 ਲੱਗ ਜੂ। ਵੀਰ ਨੇ 3200 ਮੰਗਿਆ ਸੀ, 6000 ਦੇ ਤਾ ਦੋਵਾਂ ਮੈਟਾਂ ਦਾ, ਦੋਵਾਂ ਗੱਡੀਆਂ ਨੂੰ ਮੈਟਾਂ ਦਾ। ਇਹਨੂੰ ਪਵਾਲੇ ਆ ਦੂਜੀ ਨੂੰ ਘਰ ਲਾਏ ਨੇ। ਆ ਰਖਾਲਾ ਅੱਗੋਂ ਦੀ ਰੱਖ, ਇੱਦਾਂ ਹੀ ਰਖਾਲਾ, ਇੱਦਾਂ ਹੀ ਰਖਾਲਾ। ਉਹਨਾਂ ਮੇਰੇ ਹਿਸਾਬ ਨਾਲ ਨਾ ਡਿੱਗੀ ਖੋਲ੍ਹੀ ਵੀਰ ਨੇ, ਅਤੇ ਉਹ ਖੁੱਲ੍ਹੀ ਦਾ ਇਹ ਸੈਟ ਵੀਰ ਨੇ ਜੀ। ਧੰਨਵਾਦ ਵੀਰ ਜੀ, ਮਿਲਦੇ ਚੱਲੀਏ ਨਾ ਭਰਾ। ਚੱਲ ਵੀ ਸੈੱਟ ਹੋ ਗਿਆ ਕੰਮ, ਆਹ ਦੂਜੀ ਵਾਸਤੇ ਲੈ ਲੈ ਮੈਂ। ਹੁਣ ਤੇਰੀ ਵਾਰੀ ਖੁੱਲ੍ਹੀ ਜਾਣੀ।